ਸਤਿ ਸ਼੍ਰੀ ਅਕਾਲ ਜੀ, ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਆ। ਲੈ ਸੱਜਣੋ, ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲੇਲ ਖੁਰਦ, ਤਹਿਸੀਲ ਲਹਿਰਾ ਗਾਗਾ ਤੇ ਨੇੜੇ ਜਾਖਲ ਹਰਿਆਣਾ। ਪੰਜ ਝੋਟੀਆਂ ਦਿਖਾਵਾਂਗੇ, ਚਾਰ ਤਾਜ਼ੀਆਂ ਸੂਈਆਂ ਤੇ ਇੱਕ ਦਿਖਾਵਾਂਗੇ ਤੋਕੜ ਗੱਭਣਾ, ਤੇ ਨਾਲ ਵੀ ਉਹਦੇ ਕੱਟੀ ਆ ਤੇ ਕੱਟੀ ਹੈਗੀ ਵੀ ਫੁੱਲ ਕੁਆਲਿਟੀ ਦੀ ਆ, ਚੰਗੇ ਸੀਮਨ ਦੀ ਆ। ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ, ਕੱਲੀ ਕੱਲੀ ਖੋਲ ਕੇ ਤੋਰ ਕੇ ਦਿਖਾ ਦਾਂਗੇ। ਜਿਹੜਾ ਰੇਟ ਆ, ਰੇਟ ਸਾਰੀਆਂ ਦਾ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ। ਆ ਜਾ ਕਾਲੇ ਫਿਰ। ਹੋਰ ਕਿਵੇਂ ਆ? ਠੀਕ ਹੈ ਕੁੜੀ, ਵਧੀਆ ਵੀਰੇ, ਚੜ੍ਹਦੀ ਕਲਾ ਐਨ ਵੀਰੇ ਕਿਵੇਂ ਚੱਲਦਾ ਕੰਮ? ਵਧੀਆ ਚੱਲ ਰਿਹਾ। ਚਿਰ ਬਾਅਦ ਪਾਈ ਆ ਵੀਡੀਓ ਨਾ, ਚਿਰ ਬਾਅਦ ਕੁਛ ਤਾਂ ਮੌਸਮ ਜਿਹਾ ਹੋ ਸੀਗਾ, ਬਾਕੀ ਵਿਆਹ ਵੂਹੇ ਚੱਲ ਪਏ, ਬਾਕੀ ਸਾਡਾ ਸੇਠ ਥੋੜਾ ਜਿਹਾ ਕੰਡਮ ਹੋ ਗਿਆ ਸੀ। ਠੀਕ ਹੈ, ਇਕੱਲੇ ਬੰਦੇ ਫਿਰ ਸੈਟਿੰਗ ਜੀ ਨਹੀਂ ਆਉਂਦੀ, ਇਹ ਤੈਨੂੰ ਪਤਾ ਹੈ। ਮੈਨੂੰ ਐ ਹੋ ਗਿਆ, ਮੈਂ ਕਿਤੇ ਦੱਬ ਗਿਆ ਕੰਮ। ਨਾ ਨਾ ਨਾ, ਦੱਬ 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 ਵਾਲਾ ਕੰਮ ਤਾਂ ਨਹੀਂ, ਦੱਬ ਵਾਲਾ ਕੰਮ ਕਿੱਥੇ ਆ? ਦੱਬ ਦੱਬ ਵਾਲਾ ਕੰਮ ਨਹੀਂ, ਕਾਲਾ ਜਿਹਾ ਹੈਗਾ ਫਿਰ ਕਿੱਥੋਂ ਸ਼ੁਰੂ ਕਰ ਦਈਏ? ਇੱਥੋਂ ਇਧਰੋਂ ਤੋਰ ਖੋਲ ਕੇ, ਤੋਰ ਸੇਠ ਖੋਲ ਕੇ। ਸੂਆ ਕਿਹੜਾ ਦਾ? ਦੂਜਾ ਸੂਆ ਹੈ ਗੁਰੀ। ਸੂਆ ਦੂਜਾ ਕੱਦ ਆ ਗਿਆ ਫੁੱਲ ਵੱਡਾ ਨਾ ਫੁੱਲ, ਹਾਂ ਦੰਦਾਂ 'ਚ ਹਲੇ ਛਿੱਗੀ ਹੈ ਦੰਦਾਂ 'ਚ, ਛੇ ਦੰਦ। ਹਾਂ ਸੂਆ ਦੂਜਾ ਪਰ ਦੰਦਾਂ 'ਚ ਦੰਦਾਂ 'ਚ ਆ ਗਈ ਛੇ ਦੰਦ, ਤੇ ਸੂਆ ਦੂਜਾ ਤੇ ਕੱਦ ਵੱਡਾ ਆ ਗਿਆ ਫੁੱਲ ਵੱਡਾ, ਝੋਟੀ ਆ ਗਈ ਬਿਲਕੁਲ ਨਵੇਂ ਹਾਣ 'ਚ। ਲੈ ਚੱਲ ਇਹਨੂੰ। ਸੂਆ ਕਿੰਨੇ ਦਿਨ ਦਾ? ਸੂਆ ਹੋ ਗਿਆ ਨਾ 15-16 ਦਿਨ ਵਾਂਗੂ। ਬੱਚਾ ਕੀ ਆ ਨਾਲ? ਇਹਦੇ ਬੱਚਾ ਕੱਟੀ ਆ ਗੁਰੀ ਥੱਲੇ ਨਾਲ ਕੱਟੀ ਆ। ਇੱਕ ਪਲੱਸ ਪੁਆਇੰਟ ਹੋਰ ਰਹੂਗਾ ਅੱਜ ਦੀ ਵੀਡੀਓ ਦੇ ਵਿੱਚ, ਵੀ ਇੱਕੋ ਹੀ ਮੇਲ ਕਾਫ ਹੈ, ਬਾਕੀ ਸਾਰੀ ਕੱਟੀਆਂ ਨੇ ਤਕਰੀਬਨ ਜਿੰਨੀਆਂ ਕੁ ਦਿਖਾਊਂਗਾ। ਕਮਾਲ ਹੈ ਇੱਥੇ, ਲੰਬੀ ਵੀ ਫੁੱਲ ਆ ਤੇ ਕੱਦ ਬੈੱਡ ਵੀ ਫੁੱਲ ਵੱਡਾ ਆ ਗਿਆ, ਤੇ ਜਦੋਂ ਝੋਟੀ ਇਧਰਲੇ ਬੰਨੇ ਜਾਊਗੀ ਉਦੋਂ ਵੀਡੀਓ ਜ਼ਿਆਦਾ ਸਾਫ਼ ਆਊਗੀ। ਇੱਥੋਂ ਜੱਜਮੈਂਟ ਕਰ ਲਿਓ। ਦੁੱਧ ਹਾਜ਼ਰ ਕਿੰਨਾ? ਦੁੱਧ 12 ਕਿਲੋ ਹੈ ਨੈਟ ਹੈਗਾ। ਹਾਂ ਘਟਾਲਾ ਕਿਲੋ? ਨਾ ਘਟਾਲਾ ਨਹੀਂ ਆਪਾਂ ਨੇ, ਪੱਕੀ ਗੱਲ ਆ। ਨਾ ਨਾ ਘਟਾਲਾ ਆਪਾਂ ਡੰਗ ਦੋ ਡੰਗ ਚ ਪਾ ਦੇਗਾ, ਐਂ ਜਿਵੇਂ ਮਰਜ਼ੀ ਬੰਦੇ ਬਾਈ। ਹਾਂ ਡੰਗ ਦੋ ਡੰਗ ਚਾਰ ਡੰਗ ਚ ਪਾ ਕੇ ਦੇ ਦਾਂਗੇ। ਹਾਂ ਹਾਂ ਵੀਰੇ, ਜਮੀ ਟੈਨਸ਼ਨ ਨਹੀਂ ਆਪਾਂ। ਮਾਗਰੋ ਨਾ ਮੈਨੂੰ ਫੋਨ ਆ ਜਾਏ ਕਿਸੇ ਦਾ ਵੀ ਕਾਲਾ ਐ ਕਹਿੰਦਾ ਮੈਂ ਪਾਸੇ ਗਿਆ ਹੋਇਆ ਅੱਜ ਚ ਬਾਹਰ। ਕੋਈ ਚੱਕਰੇ ਨਹੀਂ, ਕਦੇ ਨਾ ਆਇਆ ਤੈਨੂੰ ਫੋਨ ਪਹਿਲਾਂ ਕੋਈ? ਪਹਿਲਾਂ ਤਾਂ ਆਇਆ ਨਹੀਂ, ਬਾਕੀ ਇਹ ਚੀਜ਼ਾਂ ਸਾਰੀਆਂ ਰਿਕਾਰਡ ਹੋਈ ਜਾਂਦੀਆਂ ਬਾਈ। ਗੁਰੂ ਯਾਰ, ਆਪਾਂ ਨਾ ਇਹ ਚੀਜ਼ ਦੀ ਵਡਿਆਈ ਨਹੀਂ ਕਰਦੇ। ਠੀਕ ਹੈ, ਬਾਲੇ ਬੰਦੇ ਨੇ ਫੋਨ ਕਰੇ ਵੀ ਵੀਡੀਓ ਕਿਉਂ ਨਹੀਂ ਪਾਉਂਦੇ? ਠੀਕ ਹੈਗਾ। ਹਾਂ ਜੇ ਆਪਣਾ ਕੰਮ ਸਾਫ ਸੁਥਰਾ ਹੈ ਤਾਂ ਹੀ ਉਹ ਫੋਨ ਆਉਂਦੇ। ਕਿੰਨਾ ਦੁੱਧ ਦੱਸਿਆ ਦੇ ਕੋਲੇ? 12 ਕਿਲੋ ਹੈ ਨੈਟ ਦੁੱਧ, 12 ਕਿਲੋ ਤੇ ਆ ਨਾਲ ਇਹਦੇ ਆ ਗਿਆ ਸੱਜਣੋ ਬੱਚਾ, ਤੇ ਆ ਗਈ ਇਹ ਵੀ ਕੱਟੀ, ਮੇਰਾ ਖਿਆਲ ਆ ਜੈੱਡ ਬਲੈਕ ਆ ਗਈ ਪੁੰਜੜ ਤੱਕ। ਹਾਂ ਵੱਡੀ ਬੁੱਢੀ ਬਹੁਤ ਹੈ ਗੁਰੀ, ਐਨ ਪਈ ਹੈ ਝੋਟੀ ਦੰਦਾਂ 'ਚ ਆ ਗਈ ਛੇ ਦੰਦ, ਕੱਦ ਆ ਗਿਆ ਫੁੱਲ ਵੱਡਾ, ਸੂਆ ਦੂਜਾ ਮੈਲੇ ਮੂਲੇ ਚੱਲ ਗਈ, ਮੈਲੇ ਚੱਲ ਪਈ 12 ਕਿਲੋ। ਜਿਹੜੀ ਚੀਜ਼, ਹਾਂ ਜਿਹੜੀ ਚੀਜ਼ ਹੋਊਗੀ ਗੁਰੀ ਉਹ ਦੱਸਾਂਗੇ। ਵਧਣ ਦੀ ਹੈਗੀ ਆਸ ਕੋਈ? ਵਧੂਗੀ। ਠੀਕ ਹੈਗਾ, ਕਿੰਨਾ ਕੁ ਕਰ ਦੂਗਾ? ਟਿਕਾਣੇ ਲਾ ਕੇ ਬਦਲਣਾ ਯਾਰ, ਵੱਜਨੇ ਇੱਧਰੋਂ ਜਾ ਕੇ ਪਸ਼ੂ ਇੱਕ ਜਗ੍ਹਾ ਟਿਕ ਜਾਂਦਾ, ਟਿਕ ਜਾਂਦਾ, ਸੰਗਲ ਪੈ ਜੇ ਨਾ ਗਲ ਚੋਂ ਫੇਰ ਦੁੱਧ ਚੱਲਦਾ। ਆ ਮੂਰੀਆਂ ਰਹੀਆਂ ਨੇ ਜਿੰਨਾ ਚਿਰ ਉਹਨਾਂ ਚਿਰ ਪਾਣੀਆਂ ਦੇ ਘਰੀ ਦਿੰਦੀ ਆ ਨਾ। ਚਵਾਈ ਕਰਨੀ ਆਪਾਂ, ਚਵਾਈ ਕਰਾ ਦਿੰਦੇ ਆ ਪੈਸੇ ਪੈਸੇ ਦਾ ਜਮੀ। ਜਿਸ ਨੂੰ ਅੱਜ ਨਾ ਪਾ ਆਪਣੇ ਵੀਡੀਓ ਪਾਈਏ ਥੋੜਾ ਲੰਬੇ ਟਾਈਮ ਬਾਅਦ, ਠੀਕ ਹੈ, ਪਾ ਹੈਰਾਨ ਕਰਨ ਵਾਲੀ ਪਾਵਾਂਗੇ। ਅਗਲਾ ਕੋਈ ਕਿੱਥੋਂ ਲੈ ਨੇ 1-15 ਝੂਟੀ ਦੇਣੀ ਆਪਾਂ ਨੇ, 1,15,000 ਦੀ। ਹਾਂ ਇੱਕ ਗੱਲ ਹੋਰ ਦੱਸਦਾ ਨਾ, ਵੀ ਤੋਕੜ ਗੱਭਣ ਜਦੋਂ ਕੋਈ ਭਰਾ ਇਹਨੂੰ ਵੇਚੂਗਾ, ਤੋਕੜ ਗੱਭਣ ਵੀ ਐ ਨਹੀਂ ਕਹਿੰਦਾ ਵੀ ਮੈਂ ਇੰਨੇ ਦੀ ਵੀ ਕੁਝ, ਚੰਗੇ ਪੈਸੇ ਦੀ ਚੰਗੀ ਹੈ। ਹਾਂ ਚੰਗੇ ਰੁਪਏ, ਪੂਰੀ ਵੱਡੀ ਝੋਟੀ ਹੈ ਗੁਰੀ, ਐ ਨਹੀਂ ਹੈਗਾ। ਹਾਂ ਪਰ ਚੋਣ ਚ ਵੀ ਆ ਵੀ ਥਣ ਵੀ ਵਧੀਆ ਲੱਗਿਆ, ਚੋਣ ਚ ਵੀ ਆ ਖੁੱਲਾ ਹੈ। ਆ ਕੱਟੀ ਤੁਹਾਨੂੰ ਇਹ ਘਰੇ ਛੱਡ ਜੂ ਜੇ ਕਿਸੇ ਭਰਾ ਨੇ ਤੋਕੜ ਗੱਭਣ ਵੀ ਵੇਚਣੀ ਹੋਈ ਆਪਦੀ ਜਿਹੜੀ। ਬਾਕੀ ਗੁਰੀ ਜਿਹੜਾ ਅੱਜ ਵਾਲਾ ਸਮਾਂ ਯਾਰ, ਅੱਜ ਭਾਅ ਦੇਖ ਕੇ ਇਹ ਅਸਮਾਨ ਨੂੰ ਚੜ੍ਹ ਰਹੇ ਨੇ। ਠੀਕ ਹੈ, ਆਪਾਂ ਫੇਰ ਵੀ ਉਹੀ ਭਾਅ ਨੇ, 1,15,000 ਜਿਵੇਂ ਪਹਿਲਾਂ ਥੋੜਾ ਮਾਰਜਨ ਤੇ, ਉਹ ਨਹੀਂ ਮਾਰਜਨ ਹੈ ਆਪਣਾ। ਇਹ ਝੋਟੀ ਮਿਲੂ 1,15,000 ਦੀ, ਸੂਆ ਦੂਜਾ ਦੰਦਾਂ 'ਚ ਛੇ ਦੰਦ ਨਾਲ ਕੱਟੀ, 12 ਕਿਲੋ ਦੁੱਧ ਹਾਜ਼ਰ। ਲੈ ਹੋ ਜਾ ਬੰਨੇ ਨੂੰ, ਇਹਦਾ ਕੀ ਸੀ ਨਾ? ਇਹਦੀ ਪਹਿਲਣਾ ਹੈ ਪਹਿਲਾ ਸੂਆ। ਹਾਂ ਅੱਜ 5ਵਾਂ 6ਵਾਂ ਦਿਨ ਸੂਈ ਨੂੰ ਹੈ, 11 ਕਿਲੋ ਬੋਲਾ ਬਣਾ ਗਈ, ਹਫ਼ਤੇ ਕਹਿ ਲਓ, ਚਲੋ ਹਫ਼ਤੇ ਦੀ। ਹਾਂ ਪਹਿਲਣਾ ਹੈ, ਪੂਰੀ ਪਹਿਲਣਾ ਵੀਰੇ, ਇਹਨਾਂ ਪੱਕੀ ਹੋ ਕੇ ਦੰਦਾਂ ਦੀ ਪੂਰੀ ਹੋ ਰਹੀ ਹੈ, ਪੱਕੀ ਹੋਈ ਹੋਈ ਹੈ ਪਹਿਲਾਂ ਸਿੰਘ ਤੋਂ ਦੂਜੇ ਲੱਗਦੀ ਹੈ ਸੰਗਤ। ਹਾਂ ਥੋੜਾ ਦੱਬਾ ਦੁੱਬਾ ਮਾਰਿਆ ਹੋਇਆ ਝੋਟੀ ਦਾ, ਠੀਕ ਹੈ, ਪੂਰੀ ਵੱਡੀ ਝੋਟੀ ਹੈ ਕਰ। ਸਿੰਘ ਜ਼ਰੂਰ ਥੋੜਾ ਜਿਹਾ ਆਪਾਂ ਕਹਿ ਸਕਦੇ ਹਾਂ ਵੀ ਸਿੰਘ ਖੁੱਲਾ ਨਹੀਂ ਜ਼ਿਆਦਾ, ਥੋੜਾ ਜਿਹਾ ਮੋਟਾ ਪੈਂਦਾ, ਵੀ ਉਹਦਾ ਬਾਡੀ ਵਾਲੇ ਪੱਖ ਤੋਂ ਚੈੱਕ ਕਰ ਲਈਏ, ਥਣ ਦਾ ਸਾਈਜ਼ ਦੇਖ ਲਈਏ, ਤਾਂ ਉੱਥੋਂ ਇਹ ਝੋਟੀਆਂ ਲੱਗਦੀਆਂ। ਵੀ ਬਾਕੀ ਪਹਿਲਾਂ ਨਾ ਇੱਥੇ ਰੋਕ ਲਾ, ਇੱਥੋਂ ਆਰਡਰ ਕੁਆਲਿਟੀ ਚੈੱਕ ਕਰ ਸਕਦੇ, ਹੁਣ ਦਰਦੀ ਆ ਥੋੜਾ ਜਗਦੀ ਸੀ ਨਾ, ਲੈ ਥੋੜਾ ਮੂਲੀ ਦੀ ਕਰਦੀ ਹੈ, ਕੱਦ ਦੇ ਰਾ ਵੀ ਚੰਗਾ ਤੇ ਆਰਡਰ ਦਾ ਸਾਈਜ਼ ਵੀ ਸੋਹਣਾ ਇਹਦਾ।
ਜਿਵੇਂ ਆਪਾਂ ਕਹਿ ਲਈਏ ਗਾਵਾਂ ਨਾਲ ਦਾ ਹੀ ਆ, ਨਾਲ ਲੱਗਵਾਂ ਅੱਡਰਾ ਬਿਲਕੁਲ ਆ, ਸਫਾਈ ਦੀ ਕਮੀ ਆ ਇਹ ਐਨ ਓਕੇ ਵੀਰੇ ਪੂਰੀ ਸਫਾਈ ਦੀ, ਬਾਈ ਕਹਿੰਦਾ ਹੈਗੀ ਆ 100 ਆਪਾਂ ਸਾਰੀ ਧਾਰਾ ਬਣਾ ਲਾਂਗੇ, ਤੇ ਬਾਕੀ ਜਿਹੜੇ ਭਰਾ ਨੂੰ ਪਸੰਦ ਆਊਗੀ ਉਹ ਆਪਦੀ ਦੋ ਟਾਈਮ ਚੋ ਕੇ ਲੈ ਜਾਓ ਪਾਸ ਕਰਕੇ ਬਾਈ ਤੋਂ। ਸੂਆ ਪਹਿਲਾਂ ਕਿੰਨੇ ਦਿਨ ਦਾ ਸੂਆ ਦੱਸਿਆ ਇਹਦਾ? ਸੂਈ ਨੂੰ ਵੀਰੇ ਹਫ਼ਤਾ ਹੋਇਆ ਇਹਨੂੰ, ਆ ਬੱਚੇ ਨੂੰ ਮਾਰਦੇ ਕੈਮਰਾ ਥੱਲੇ ਕੱਟੀ ਹੈ, ਆ ਨਾਲ ਇਹਦੇ ਵੀ ਕੱਟੀ ਆ ਸੂਆ ਇੱਕ ਹਫ਼ਤੇ ਦਾ, ਤੇ ਸੂਆ ਇਹਦਾ ਹੈਗਾ ਪਹਿਲਾ। ਪੈਸੇ ਕਿੰਨੇ ਲਵਾਂਗੇ ਇਹਦੇ? 1.25 ਲੱਖ ਰੁਪਏ ਲੈ ਲਾਂਗੇ ਵੀਰੇ। 1 ਲੱਖ ਦੇ 25,000 ਜੇ ਜੋੜਾ ਮੰਗਾਣਾ ਸੱਜਣ ਨੇ ਤਾਂ 15 ਦੇ 25 2,40 ਹੋ ਗਿਆ, ਠੀਕ ਹੈ 2,35 ਦਾ ਜੋੜਾ ਦੇ ਦਾਂਗੇ, 2,35,000 ਦਾ ਜੋੜਾ, ਕੱਲੀ ਕੱਲੀ ਸਿੰਗਲ ਨਾ ਬੜਾ ਫਰਕ ਪਾਵੇ, ਠੀਕ ਹੈ ਦੋ ਜੋੜੇ ਚ ਪਾ ਦਾਂਗੇ ਜੋੜਾ, 2,35,000 ਦਾ ਦੇ ਦਾਂਗੇ। ਹਾਂ ਪਹੁੰਚ ਪਹੁੰਚ ਤਾਂ ਨਹੀਂ ਕਰਦੇ ਨਾ, ਪਹੁੰਚੇ ਵਿੱਚ ਹੀ ਆ ਗਈ ਪਹੁੰਚੋ, 5-6 ਹਜ਼ਾਰ ਰੁਪਏ ਆਪਾਂ ਛੱਡਤਾ ਜੋੜੇ ਚੋਂ, ਬਾਕੀ ਯਾਰ ਗੁੜੀ ਆਪਾਂ ਪਾਏ ਬਾਰੇ ਖਿੱਚ ਕੇ ਪਾਏ ਨੇ, ਦੋ ਚਾਰ ਟਾਈਮ ਚ ਪਾ ਦੇਗਾ ਐਨ, ਜਿਵੇਂ ਅਗਲੇ ਦਾ ਮਨ ਬਣਿਆ ਆਪਾਂ ਉਵੇਂ ਕਰਾਂਗੇ, ਵੀਡੀਓ ਕਾਲ ਤੇ ਚਵਾਉਣੀ ਹੈ, ਘਰੇ ਆ ਕੇ ਚੋਣੀ ਹੈ, ਠੀਕ ਹੈ। ਹਾਂ ਆ ਗੱਲ ਉਨੀ ਆਖੀ ਜਿੰਨੀ ਪੂਰੀ ਕਰ ਦੇਗਾ, ਜਿਵੇਂ ਸੰਤੁਸ਼ਟੀ ਹੁੰਦੀ ਹੈ ਗੁੜੀ, ਆਪਾਂ ਪਹਿਲਾਂ ਵੀ ਦੇਖੇ ਤੈਨੂੰ ਪਤਾ ਵੀ ਆਪਾਂ ਕਦੇ ਮਨਾ ਨਹੀਂ ਕਰਿਆ ਕਿਸੇ ਨੂੰ ਚੋਣ, ਠੀਕ ਹੈ ਗੱਲ। ਹਾਂ ਆ ਕਾਲਾ ਕਹਿੰਦਾ ਸੰਤੁਸ਼ਟੀ ਕਰਾ ਕੇ ਤੋਰਾਂਗੇ, ਜਿਹੜੇ ਵੀ ਸੱਜਣ ਨੇ ਪਸ਼ੂ ਇੱਥੋਂ ਖਰੀਦਣੇ ਨੇ, ਤੇ ਹੁਣ ਤੋਰ ਦਿਆ 3 ਨੰਬਰ ਵਾਲੀ, ਇਹ ਤੋਕੜ ਗੱਭਣ ਲੱਗਦੀ ਆ ਨਾ ਤੋਰ। ਹਾਂ ਤੋਕੜ ਗੱਭਣ ਕਿੰਨੇ ਟਾਈਮ ਦੀ ਗੱਭਣ? 4 ਮਹੀਨੇ ਦੀ ਚੈੱਕ ਹੈ, ਚੈੱਕ ਪਾਸ ਐਨ, ਜਿਹਨੂੰ ਪਸੰਦ ਆਊ ਚੈੱਕ ਪਾਸ ਕਰਾ ਕੇ ਲੈ ਜੀ। ਹਾਂ ਕਰਾ ਕੇ ਲੈ ਜੇ ਵੀਰੇ, ਡਾਕਟਰ ਵੀ ਜੇ ਆਪਦਾ ਲੈ ਵੇ, ਆਪਾਂ ਨੂੰ ਕੋਈ ਵਹਿਮ ਨਹੀਂ, ਠੀਕ ਹੈ ਗੱਲ। ਹਾਂ 4 ਦੀ ਗੱਭਣ ਆ, ਤੇ ਦੁੱਧ ਕਿੰਨਾ ਹੋਣਾ? ਦੁੱਧ 9 ਕਿਲੋ ਆਪਾਂ 8 ਦੀ ਗਾਰੰਟੀ ਦਵਾਂਗੇ ਐਨ, 8 ਤੋਂ 7.5 ਨਹੀਂ ਹੋਊਗਾ, ਐ 9 ਹੈ, 8 ਕਿਲੋ ਚਵਾ ਦਾਂ ਐਨ, ਚਵਾਵਾਂਗੇ ਵੀਰੇ, ਸਾਡੀ ਬੱਚੇ ਦੇ ਲੱਗਦੀ ਹੈ ਕੱਟੀ ਤੇ, 8 ਕਿਲੋ ਦੁੱਧ ਬਾਈ ਕਹਿੰਦਾ ਡੰਗ, 2 ਡੰਗ ਚਵਾ ਦਾਂਗੇ, ਵੱਡੀ ਦੇਖ ਲੈ ਗੁੜੀ ਕਿੱਡੀ ਆ ਇਹਦਾ, ਇਸਾ ਦਿਖਾਈ ਆਹ, ਆਂਦੇ ਲੰਬੀ ਲੰਬੀ ਫੁੱਲਾਂ ਲੈ ਕੇ ਚੱਲ ਇਹਨੂੰ ਮੜਾ ਜਾ, ਇਧਰਲੇ ਬੰਨੇ ਕਰਾਉਣੇ ਆ ਚੈੱਕ, ਸੋਨੂੰ ਚਾਨਣ ਜਾ ਪੈਂਦਾ ਇਧਰੋਂ, ਇੱਥੇ ਹੀ ਖੜਾ ਲਾ, ਆ ਕੱਦ ਵੀ ਚੰਗਾ ਤੇ ਚੜਾਈ ਵੀ ਚੰਗੀ ਆ ਉੱਤੋਂ, ਤੇ ਗੱਬਣ ਚੈੱਕ ਪਾਸ 4 ਮਹੀਨਿਆਂ ਦੀ ਲੈ ਚੱਲ ਬਾਈ, ਨਾਲ ਇਹਦੇ ਕੱਟੀ ਆ, ਕੱਟੀ ਬਹੁਤ ਸ਼ਾਨਦਾਰ ਹੈ ਇਹਦੇ ਨਾਲ, ਉਹ ਵੀ ਤੁਹਾਨੂੰ ਮੈਂ ਦਿਖਾ ਦੂੰਗਾ, ਤੇ ਬਾਕੀ ਇਹਨਾਂ ਚੋਂ ਜਿਹੜੀ ਵੀ ਝੋਟੀ ਤੁਸੀਂ ਖਰੀਦੋਗੇ ਉਹ 2 ਟਾਈਮ 4 ਟਾਈਮ ਝੋ ਕੇ ਖਰੀਦ ਲਓ, ਚੈੱਕ ਕਰਕੇ ਨੇੜੇ ਬੱਚੇ ਦੇ ਮਾਰ ਕੈਮਰਾ, ਆ ਨਾਲ ਇਹਦੇ ਆ ਗਈ ਕੱਟੀ, ਕੱਟੀ ਚੰਗੀ ਕੁਆਲਿਟੀ ਦੀ, ਉਹ ਤੁਹਾਨੂੰ ਮੈਂ ਸ਼ੁਰੂ 'ਚ ਹੀ ਦੱਸਿਆ ਸੀ ਵੀ ਨਾਲ ਇਹਦੇ ਕੱਟੀ ਬਹੁਤ ਟੌਪ ਕੁਆਲਿਟੀ ਦੀ ਆ, ਆਪ ਆ ਗਈ 4 ਮਹੀਨਿਆਂ ਦੀ ਗੱਬਣ। ਸੂਆ ਕਿਹੜਾ ਕਾਲੇ ਦਾ? ਸੂਆ ਦੂਜਾ ਵੀਰੇ, ਦੂਜਾ ਸੂਆ, ਤਾਜ਼ੀ ਦਾ ਕਿੰਨਾ ਦੁੱਧ ਦੱਸਿਆ? ਤਾਜ਼ੀ ਦਾ ਸੂਆ 17 ਕਿਲੋ ਦੁੱਧ ਕੱਢਿਆ ਵੀਰੇ, ਵਧੀਆ ਚੰਗੇ ਇਲਾਕੇ ਦੀ ਆ ਹੈਗੀ, ਉੱਧਰ ਦੀ ਹੋਇਆ ਇਹ, ਠੀਕ ਆ। ਹਾਂ ਲੱਖ ਕਿੰਨੇ ਲਵੇਂਗੇ ਇਹਦੇ? ਅੱਜ ਇਹਦੇ ਅੱਜ 85,000 ਲੈ ਲਾਂਗੇ, ਮਾਫੀ ਕੋਈ ਕਰ ਦਾਂਗੇ, ਹੋ ਜੂ। ਹਾਂ ਤਾਂ ਇਹ ਆ ਗਈ 3 ਨੰਬਰ, ਠੰਡੀ ਗੁੜੀ ਇੰਨੀ ਆ, ਚਾਹੇ ਕਰ ਲਿਓ, ਠੰਡੀ ਇੰਨੀ ਆ ਚਾਹੇ ਬੰਦਾ ਦੁਪਹਿਰੇ ਨੂੰ ਆ ਜਾਏ ਆਪਣੇ ਕੋਲੇ, ਉਦੋਂ ਹੀ ਬੱਚਾ ਲਾ ਕੇ ਚਵਾਵਾਂਗੇ, ਠੀਕ ਆ। ਦੋ ਡੰਗ ਮਿਲਦੀ? ਦੋ ਟਾਈਮ ਐਨ, ਬੱਚੇ ਦੇ ਕੱਟੀ, ਟੀਕਾ ਟੂਕਾ ਤਾਂ ਨਹੀਂ ਮੰਗਦੇ? ਕੱਟੀ ਦੇ ਵੀਰੇ, ਦੋ ਟਾਈਮ ਬੱਚਾ ਨਹੀਂ, ਇੰਨਾ ਪਰਾਂ ਨਹੀਂ ਹੋਣ ਦਿੰਦੀ ਹੈਗੀ, ਮਿਲਦੀ ਬਾਈ ਕਹਿੰਦਾ ਕੱਟੀ ਤੇ ਆ, ਬਾਕੀ ਫੇਸ ਕੁਆਲਿਟੀ, ਸਿੰਘ ਦੀ ਬਣਾਵਟ, ਕੱਦ ਬਿੱਡਾ ਸਾਰੀ ਉਹ ਚੰਗੀ ਹੈ ਗੁੜੀ, ਵੱਡੀ ਆ ਦਿਖਾ ਦੂੰਗਾ, ਆ ਬਾਕੀ ਨੇੜੇ ਆ ਕੇ ਪਾਸ ਕਰਕੇ ਲੈ ਜਾਣ ਦਾ ਉਹ ਤੁਹਾਡਾ ਫਰਜ਼। ਹਾਂ ਆ ਹਿੱਸਾ ਦੇਖਿਆ ਨਾ ਕਿਹੜਾ, ਮਤਲਬ ਕਿ ਹਰੇਕ ਪੱਖ, ਹਾਂ ਕਾਲਾ ਕਹਿੰਦਾ ਹਰੇਕ ਪੱਖ ਤੋਂ ਚੰਗੀ ਆ, ਇਹ ਆ ਗਈ 3 ਨੰਬਰ ਤੇ, ਤੇ ਹੁਣ ਤੋਰ ਦਿਆ 4 ਨੰਬਰ ਵਾਲੀ ਮਾਂ, ਜਿਹੜਾ ਸੂਆ ਕਿਹੜਾ? ਇਹਦਾ ਤੀਜਾ ਸੂਆ ਗੁਰੀ, ਮੈਨੂੰ ਆ ਦੇਵਾਂ ਕੇ ਦੇ ਦਾ ਨਾ ਦੂਜਾ, ਨਾ ਨਾ ਤੀਜਾ ਵੀਰੇ, ਜਿਹੜੀ ਚੀਜ਼ ਹੋਊਗੀ ਗੁਰੀ ਆਪਾਂ ਉਹ ਕਹਾਂਗੇ, ਤੈਨੂੰ ਪਤਾ ਨਾਲੇ ਚੜਾਈ ਚੰਗੀ ਆ ਉੱਥੋਂ, ਲੰਬੀ ਵੀ ਚੰਗੀ ਆ, ਕੱਦ ਇਹਦਾ ਹੈਗਾ ਦਰਮਿਆਨਾ, ਉਹ ਜਿਵੇਂ ਆਪਣਾ ਨੋਰਮਲ ਕਹਿੰਦਾ ਹੁੰਦਾ ਜੀ, ਕੱਦ ਹੁੰਦਾ ਜਿੱਦਾਂ, ਹਾਂ ਥੱਲੋਂ ਦੇਖ 4x4 ਅੱਜ ਹੈ ਨਹੀਂ ਹੁੰਦਾ ਉਹ, ਹਾਂ ਠੀਕ ਹੈ ਗੱਲ, ਹਾਂ ਤੋੜ ਦਿਆ ਇਹਨੂੰ ਇੱਥੋਂ ਘੁਮਾ ਲਓ, ਐਚ ਐਫ ਵਾਲਾ ਥੱਲਾ ਜਿੰਗਾ ਲਓ। ਸੂਆ ਕਿੰਨੇ ਦਿਨ ਦਾ ਇਹਦਾ? ਸੂਆ ਹੋ ਗਿਆ ਨਾ 15-16 ਦਿਨ ਦਾ, 15 ਲੀਟਰ ਦੁੱਧ ਤਿਆਰ ਹੈ ਗੁਰੀ, ਇਹਨੂੰ 15 ਲੀਟਰ, ਹਾਂ ਬੱਚਾ ਕੀ ਆ ਨਾਲੇ, ਪਰ ਚੋਣ ਕੱਟੀ ਆ ਥੱਲੇ ਇਹਦੇ, ਆ ਨਾਲੇ ਦੇ ਕੱਟੀ ਆ, ਤੇ ਦੁੱਧ ਬਾਈ ਕਹਿੰਦਾ ਹੈਗਾ ਇਹਦੇ ਕੋਲੇ 15 ਲੀਟਰ ਰੈਡੀ, ਹਾਂ ਕਮਾਲ ਆ, ਕਿਹੜਾ ਹੋਰ ਲੈ ਜਾ ਲੈ ਇਹਨੂੰ, ਚਵਾਈ ਦੀ ਕਿਵੇਂ ਆ ਇਹ? ਚਵਾਈ ਵੀਰੇ ਜਿਹਾ ਜਿਹਾ ਥਣ ਲੱਗਿਆ ਨਾ, ਇਹ ਜਿਵੇਂ ਆਪਾਂ ਕਹਿੰਦੇ ਮੋਗੇ ਕਰਦੀ ਹੈ, ਚਵਾਈ ਆਪਾਂ ਸਾਰੀ ਦੇ ਬੱਚੇ ਲਾਵਾਂਗੇ ਬਾਈ, ਠੀਕ ਹੈ ਗੱਲ, ਹਾਂ ਕਮਾਲ ਆ, ਇਥੋਂ ਕਿਹੜਾ ਲੰਬੀ ਆ ਇਹਨੂੰ ਹੋਰ ਤੋਰਦੀ, ਦੁੱਧ 15 ਕਿਲੋ, ਸੂਆ ਤੀਜਾ, ਤੀਜਾ ਸੂਆ ਵੀਰੇ, ਸੂਆ ਬਾਈ ਕਹਿੰਦਾ ਤੀਜਾ, ਤੇ ਨਾਲ ਇਹਦੇ ਕੱਟੀ ਆ, ਮੈਲੇ ਮੂਲੇ ਚੱਲ ਗਈ, ਮੈਲੇ ਚੱਲ ਗਈ,
ਪੈਸੇ ਕਿੰਨੇ ਲਵਾਂਗੇ ਜੀ? ਪੈਸੇ ਲਵਾਂਗੇ ਗੁਰੂ ਇਹਦਾ ਜਮੀ ਹਾਂ ਆ 1,25,000 ਰੁਪਇਆ। 1,25,000 ਮਾਫੀ ਹੋਊਗਾ? ਮਾਫੀ ਕਰ ਦਾਂਗੇ। ਠੀਕ ਹੈ। ਹਾਂ ਇਹਦਾ ਬਾਈ ਕਹਿੰਦਾ ਲਵਾਂਗੇ 1,25,000, ਥੋੜਾ ਬਹੁਤਾ ਕਨਸੈਸ਼ਨ ਹੋ ਜਾਊਗਾ, ਲੈ ਚੱਲ ਬਈ। ਤੇ ਚਬਾਈ ਦੀ ਦਿਖਾ ਇਹਦਾ, ਬਾਕੀ ਆਰਡਰ ਕੁਆਲਿਟੀ ਵੀ ਦੱਸਦੀ ਆ ਤੇ ਥਣ ਦਾ ਸਾਈਜ਼ ਵੀ ਦੱਸਦਾ। ਬਾਕੀ ਹਰੇਕ ਵੀਡੀਓ 'ਚ ਕਹਿਣਾ ਵੀ ਹੁੰਦਾ ਵੀ ਜਿਹੜੇ ਭਰਾ ਨੂੰ ਪਸ਼ੂ ਪਸੰਦ ਆਉਂਦਾ ਉਹ ਡੰਗ ਤੋਂ ਡੰਗ ਚੋ ਕੇ ਚੈੱਕ ਕਰਕੇ ਲੈ ਜਾ ਕਰੋ। ਅੱਗੇ ਪਿੱਛੋਂ ਦੇਖ ਵੀ ਕਿਵੇਂ ਹੈ, ਅੱਗੇ ਤੱਕ ਪੈਸਾ ਆਇਆ ਨਹੀਂ ਹੈਗਾ, ਚੈੱਕ ਕਰ ਸਕਦੇ ਹੋ। ਚਬਾਈ ਦੀ ਬਾਈ ਕਹਿੰਦਾ ਹੈਗੀ ਆ ਬੜਾ ਮੋਟਾ ਮੋਟਾ ਚੋ ਦੀ 100। ਇਹ ਆ ਗਈ 4 ਨੰਬਰ ਤੇ, ਤੇ ਹੁਣ ਤੋਰਦੇ ਆ 5 ਨੰਬਰ ਵਾਲੀ, ਇਹਦਾ ਸੁਆ ਕਿਹੜਾ? ਇਹ ਗੁਰੀ ਪਹਿਲਾਂ ਨਾ 4 ਦੰਦ ਹੈ ਮੂੰਹ ਹਲੇ, ਇਹਦਾ ਸਾਡੀ ਪੀੜੀ ਚ ਪਾਲ ਦੀ ਸਲਾਹ ਜੀ ਨਹੀਂ ਤੀ, ਸਵੇਰੇ ਵੀ ਚੋਤੀ ਇਹ ਤਾਂ ਨਹੀਂ ਛੱਡੀਆਂ ਨੇ ਬਸ। ਬੱਚਾ ਕੀ ਹੈ? ਬੱਚਾ ਥੱਲੇ ਕੱਟਾ ਹੈ ਤੇ ਅੱਜ 4 ਦਿਨ ਹੋਏ ਨੇ ਸੂਈ ਨੂੰ ਤੋਰ ਇਹਨੂੰ ਐ ਨੂੰ। ਹਾਂ ਇਧਰਲੇ ਬੰਨੇ ਤੋਰ ਦੀ, 4 ਦਿਨਾਂ ਦੀ ਸੂਈ ਕੋਲੇ ਬੋਲਾ ਕਿੰਨਾ ਗਿਆ ਜੀ? ਹਲੇ 9 ਕਿਲੋ ਬਣਾਇਆ ਜੀ। 9 ਵੀ ਬਹੁਤ ਹੁੰਦਾ 4 ਦਿਨਾਂ ਦੀ ਥੱਲੇ ਪਹਿਲਣ ਥੱਲੇ ਦਾ ਆਪਾਂ ਅਰ ਚੋਣ ਨਾ ਮੱਝਾਂ ਵਾਲਾ, ਵੱਡੀਆਂ ਮੱਝਾਂ ਵਾਲਾ, ਠੀਕ ਹੈਗਾ, ਪੈਨ ਮੋਟਾ ਮੋਟਾ ਚੋਣ ਆਪਾਂ ਲਾਵਾਂਗੇ ਬੱਚਾ ਇਹਦਾ। ਆਪਾਂ ਕਹਿੰਦੇ ਵੀ ਦੂਜੇ ਸੂਏ ਦੀ ਚਵਾਈ, ਦੂਜੇ ਸੂਏ ਦੀ ਚਵਾਈ ਵਾਲਾ ਕੰਮ ਹੈ, ਪਲੂਣ ਵਾਲਾ ਉਹ ਨਹੀਂ ਹੈਗੀ, ਚੋਟੀ ਬਰੀਕ ਆ ਗਈ, ਚੋਟੀ ਸੱਜਣੋਂ ਫੁੱਲ ਆ। ਹਾਂ ਥੋੜੇ ਆ ਗੁਰੀ, ਪਤਾ ਕੀ ਹੈ, ਬਰੀਕੀਆਂ ਫੁੱਲ ਨੇ ਤੇ ਸਿੰਘ ਵੀ ਬੰਦ ਰੱਖਦੀ ਆ, ਲੈ ਚੱਲ ਬਈ। ਥੋੜੇ ਆ ਜਾਪਾ ਜਾ ਮੰਨ ਗਈ, ਚੋਟੀ ਖਾਦਾ ਪੀਤਾ ਨਹੀਂ ਹੈ ਕੁਛ, ਭੁੱਖ ਜੀ ਨਹੀਂ ਚੱਕੀ, ਭੁੱਖ ਜੀ ਨਹੀਂ ਚੱਕੀ ਹਲੇ, ਭੁੱਖ ਜੀ ਦੱਬੀ ਗਈ। ਹਾਂ 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 ਪੈਸੇ ਕਿੰਨੇ ਲਵੇਂਗੇ ਜੀ ਅੱਜ? ਇਹਦਾ ਯਾਰ ਅੱਜ ਵਾਲਾ ਭਾਅ ਕਰਾਂਗੇ 1,30,000 ਰੁਪਇਆ ਲੈ ਲਾਂਗੇ। 1,30,000? ਹਾਂ ਵੱਡੀ ਬਹੁਤ ਹੈ, ਕੱਟ ਛੋਟਾ ਨਹੀਂ ਹੈਗਾ, ਠੀਕ ਹੈ ਗੱਲ, ਬੰਦੇ ਕਮਾ ਗਏ। ਨਾਲ ਇਹਦੇ ਆ ਗਿਆ ਮੇਲ ਕਾਫ ਨੰਬਰ ਬੋਲ ਦੇ ਤਰਾ, 95920, ਹਾਂਜੀ, 99493, 95920, 99493, 99493, ਤਾਰਾਂ ਦਿਖਾਉਣੀਆਂ ਮਾਰ ਕੇ? ਹਾਂ ਬਾਈ ਸਾਰੀਆਂ ਦੇ ਮਾਰ ਦਿੰਦੇ ਆ, ਤਾਰਾਂ ਤੋਂ ਦੁਬਾਰੇ ਸਟਾਰਟਿੰਗ ਤੋਂ ਲੱਗ ਜਾਂਗੇ, ਮਾਰ ਕੇ 1 ਨੰਬਰ ਵਾਲੇ ਪੱਖ ਤੋਂ ਲੱਗ ਜਾਂਗੇ, ਦੁਬਾਰੇ ਛੱਡ ਦੇ ਬੱਚਾ ਦਾ ਜੱਦੀ ਫਣੀ ਲੱਤਾਰਾਂ। ਤੁਹਾਨੂੰ ਸੱਜਣੋਂ ਆਪਾਂ ਮਾਰ ਕੇ ਦਿਖਾ ਦੇਣਾ, 1 ਨੰਬਰ ਵਾਲੇ ਬੰਨੇ ਉਹ ਲੱਗਾਂਗੇ ਤੇ ਸਾਰੀਆਂ ਝੋਟੀਆਂ ਦੀ ਤਾਰਾ ਮਾਰ ਕੇ ਦਿਖਾ ਦਾਂਗੇ, ਬਾਕੀ ਤੁਹਾਨੂੰ ਬੱਚਾ ਦਿਖਾ ਦੇਣਾ ਚਾਹੁੰਦਾ। ਆ ਘਰ ਦੇ ਬੰਨੇ ਬਾਈ, ਨਾਲ ਇਹਦੇ ਆ ਗਈ ਕੱਟੀ ਤੇ ਚਵਾਈ ਤੁਹਾਨੂੰ ਦਿਖਾ ਦੇਣੇ ਆ, ਬਾਕੀ ਜਿਹੜੇ ਭਰਾ ਦੇ ਸਮਝ ਚ ਆਊਗੇ ਉਹ ਨੇੜੇ ਆ ਕੇ ਲੈ ਜਾਓ ਪਾਸ ਕਰਕੇ, ਪਿਛਲਾ ਜੋ ਵੀ ਮਾਰ ਦੇ ਉਹੀ ਚੋਣ ਦਾ ਨਹੀਂ ਹਲ ਤੱਕ ਆਪਾਂ ਨੂੰ, ਮਤਲਬ ਕਿ 1% ਵੀ ਕਿਸੇ ਚੋਣ ਇੱਕ ਤੇ ਘਾਈ ਆਪਣੇ ਕੋਲ ਲੰਬਾ ਨਹੀਂ ਆਇਆ, ਲੰਬਾ ਨਹੀਂ ਆਇਆ ਹੈਗਾ, ਠੀਕ ਹੈ ਗੱਲ। ਚਬਾਈ ਇਹਦੀ ਹੈਗੀ ਆ ਫੁੱਲ ਮੋਟੀ ਤੇ ਪੋਲੀ, ਥਲ ਵੀ ਬੜਾ ਸੋਹਣਾ ਲੱਗਿਆ, ਬਾਕੀ ਹੁਣ ਤੁਹਾਨੂੰ 2 ਨੰਬਰ ਵਾਲੀ ਦੀ ਦਿਖਾ ਦੇ, ਇਧਰੋਂ ਕੈਮਰਾ ਮਾਰੀ ਗੁਰੀ ਮੜਾ ਜਾ ਕੇ, ਚਬਾਈ ਸਾਰੀਆਂ ਦੀ ਦਿਖਾ ਦਾਂਗੇ, ਬਾਕੀ ਜਿਵੇਂ ਸਮਝ ਆਊਗੀ ਉਹ ਨੇੜੇ ਆ ਕੇ ਲੈ ਜਾਓ ਬਾਈ ਤੂੰ ਚੈੱਕ, ਉੱਥੇ ਵੀ ਦੇਖ ਲੈ ਤੇ ਹੁਣ ਲਾ ਦੇ 2 ਨੰਬਰ ਵਾਲੀ ਲੈ। ਹੁਣ ਸੱਜਣੋ ਆਪਾਂ ਤੁਹਾਨੂੰ 2 ਨੰਬਰ ਵਾਲੀ ਦੀਆਂ ਧਾਰਾਂ ਦਿਖਾ ਦੇਣਾ, ਲੈ ਘਰ ਦੇ ਬੱਚਾ ਬੰਨੇ ਸਾਰਾ ਧਾਰਾਂ ਮਾਰ ਕੇ ਦਿਖਾ ਦਾਂਗੇ ਇਹਦੀਆਂ ਵੀ, ਤੇ ਬਾਕੀ ਉਧਰਲੇ ਬੰਨੇ ਵੀ ਬੱਚਾ ਲਾਈ ਜਾਂਦਾ ਬਾਈ ਉਹ ਵੀ ਤੁਹਾਨੂੰ ਦਿਖਾ ਦੇਣਾ ਇੱਕ ਵਾਰੀ ਮੈਂ, ਆ ਮੱਝ ਵੀ ਦਿਖਾ ਦੇਣਾ ਤੇ 15 ਕਿਲੋ ਵਾਲੀ ਮੱਝ ਆ, ਨਾਲ ਇਹਦੇ ਹੈਗੀ ਆ ਕੱਟੀ ਤੇ ਆ ਬੱਚਾ ਇਹਦਾ ਵੀ ਦਿਖਾਤਾ ਪੈਂਦਾ, ਤੇ ਹੁਣ ਤੁਹਾਨੂੰ 2 ਨੰਬਰ ਵਾਲੀਆਂ ਧਾਰਾਂ ਦਿਖਾ ਦਾਂ ਆ, ਲੈ ਮਾਰ ਦੇ ਸਾਦਾ ਪਿਛਲਾ ਜਿਹੜੀ ਮਾਰ ਦੇ। ਅੱਛਾ ਬਾਈ ਦੀਆਂ ਮੱਝਾਂ ਖੜੀਆਂ ਹੁੰਦੀਆਂ ਤਕਰੀਬਨ ਜਿੰਨੀਆਂ ਕੁ ਬਾਈ ਕੋਲੇ ਆਪਾਂ ਦਿਖਾਉਣੀਆਂ ਵੀਡੀਓ 'ਚ, ਇਹ ਆ ਗਈ 2 ਨੰਬਰ ਦੇ ਬਾਅਦ ਓਕੇ ਸਾਦਾ, ਤੇ ਰੇਟ ਵਗੈਰਾ ਤੁਹਾਨੂੰ ਦੱਸਿਆ ਹੋਇਆ ਇਹਦਾ, ਲੈ ਘਰ ਦੇ ਬੱਚਾ ਬੰਨੇ ਜੇ ਆ ਗਈ ਤਾਂ ਧਾਰਾਂ ਦਿਖਾ ਦੇ, ਆ ਗਈ ਬਾਈ ਆ ਗਈ ਘਰ ਦੇ ਬੰਨੇ, ਲੱਗ ਪਿਛਲਾ ਜਿਹਾ ਮਾਰ ਦੇ। ਅੱਛਾ ਬਾਈ ਆਪਾਂ ਤੁਹਾਨੂੰ ਇਹਦੀ ਵੀ ਦਿਖਾਤੀ, ਬਾਕੀ ਨੇੜੇ ਆ ਕੇ ਲੈ ਜਾਓ ਚੈੱਕ ਕਰਕੇ ਜਿਹਦੇ ਭਰਾ ਨੂੰ ਪਸੰਦ ਆਉਣਗੀਆਂ। ਇਹ ਆ ਗਈ ਲਾਸਟ ਨੰਬਰ ਵਾਲੀ ਜਿਹੜੀ ਪਹਿਲਾਂ ਝੋਟੀ ਦੱਸਿਆ ਬਾਈ ਨੇ, ਤੇ ਬੱਚਾ ਉਹਦਾ ਵੀ ਆਪਾਂ ਤੁਹਾਨੂੰ ਦਿਖਾ ਦੇਣੇ ਲਾ ਕੇ ਘਰ ਦੇ ਬੰਨੇ ਜਾ ਗਈ ਤਾਂ, ਬਾਕੀ ਧਾਰਾਂ ਇਹਦੀਆਂ ਵੀ ਤੁਹਾਨੂੰ ਦਿਖਾ ਦਾਂਗੇ ਮਾਰ ਕੇ, ਲੈ ਮਾਰ ਦੇ ਗਾਲੇ। ਬਾਕੀ ਥਣ ਦਾ ਸਾਈਜ਼ ਸੋਹਣਾ ਰੱਖਦੀ ਆ, ਰੱਖਦੀ ਮੁੱਠੀ ਵਾਲਾ, ਤੇ ਚਵਾਈ ਲੱਗਦਾ ਵੀ ਹੋਊਗੀ ਫੋਕੀ ਜਮਾਂ ਨਾ ਮਾਰ ਦੇਣਾ, ਜਿਵੇਂ ਫੋਕੀ ਵੀ ਆ ਵੀ ਚੋਣ ਮੋਟਾ ਵਾਲਾ ਪਿਛਲਾ ਜਿਹਾ ਮਾਰ ਦੇ। ਤੁਹਾਨੂੰ ਕਹਿ ਦੀ ਵੀ ਉਹ ਮੰਝਾਂ ਵਾਲਾ ਚੋਣ ਹੈ, ਉਹ ਨਹੀਂ ਹੈਗਾ ਪੂਰਾ, ਦੂਜੇ ਤੀਜੇ ਸੂਏ ਨੂੰ ਹਾਂ ਵੀ ਚੁੱਕ ਚੁੱਕ ਦੀ ਕਰੀ ਜਾਊਗੀ। ਇਹ ਪੈਸੇ ਕਿੰਨੇ ਦੱਸਿਆ ਜੀ ਇਹਦੇ? ਇਹਦਾ ਆਪਾਂ 1,30,000 ਲਵਾਂਗੇ ਗੁਰੂ, 1,30,000 ਸੂਆ ਪਹਿਲਾ ਦੰਦਾਂ ਚ, 4 ਦੰਦ 4 ਦੰਦ ਹੈ ਜੀ, ਤੇ ਹੁਣ ਲਾ ਦੇ ਤੋਕੜ ਕੱਬਣ ਜੋਟੀ ਨੂੰ ਬੱਚਾ,
ਆ ਗਈ ਤੋਕੜ ਕੱਪੜ ਤੇ ਆ ਗਈ ਨਾਲ ਇਹਦੇ ਕੱਟੀ ਕੱਟੀ ਤੁਹਾਨੂੰ ਪਾ ਕੇ ਥੱਲੇ ਇਹਦੀ ਵੀ ਕਰਾ ਦੇਣਾ ਤਸੱਲੀ ਧਾਰਾਂ ਧੂਰਾਂ ਦੀ। ਲੈ ਕੱਟੀ ਸੱਜਣੋਂ ਆਪਾਂ ਥੱਲੇ ਚੁੰਘਦੀ ਇਹਦੀ ਦਿਖਾਤੀ ਕਿਉਂਕਿ ਤਾਂ ਦਿਖਾਈ ਆ ਵੀ ਕੱਟੀ ਇਸੇ ਦੀ ਆ। ਕਈ ਭਰਾ ਕਹਿੰਦੇ ਨੇ ਵੀ ਕੋਈ ਬੱਚਾ ਹੋਰ ਲਾ ਕੇ ਦੇ ਦਾ ਆਪਾਂ ਨੂੰ, ਤੇ ਬਾਕੀ ਹੁਣ ਤੁਹਾਨੂੰ ਦਿਖਾ ਦਾਂਗੇ ਧਾਰਾਂ ਮਾਰ ਕੇ ਲੈ ਧਾਰਾਂ ਦਿਖਾ ਦਿਓ ਮਾਰ ਧਾਰ ਦੇ ਦੇ ਧਾਰ ਦੇ ਦੇ ਠੰਡੀ ਦਾ ਬਾਲੀ ਆ ਮਾਰ ਦੇ ਧਾਰਾਂ ਬਾਈ ਚਵਾਈ ਦੀ ਆ ਗਈ ਪੋਲੀ ਇਹ ਵੀ ਪੂਰੀ ਪਿਛਲਿਆ ਚੋ ਵੀ ਮਾਰ ਲਈ। ਕਈ ਵਾਰੀ ਗੁੜੀ ਪਤਾ ਕੀ ਹੈ ਹਾਂਜੀ ਥਾਣਾ ਦਾ ਸਾਇਜਾ ਦੇਖ ਕੇ ਅਗਲਾ ਕਹਿੰਦਾ ਮੈਨੂੰ ਕਾਟੀ ਹੋਣੀ ਐਨ ਚੋਣ ਬਣੀ ਆ। ਹਾਂ ਹਾਂ ਆ ਦੇਖ ਦੇਖ ਮਾਰੀ ਮਾਰੀ ਬਸ ਛੱਡ ਦੇ ਬਾਹਲਾ ਥੱਲੇ ਅੰਦੋ। ਪੈਸੇ ਕਿੰਨੇ ਲਵਾਂਗੇ ਜੀ ਇਹਦਾ? 85,000 ਰੁਪਏ ਲੈ ਲਾਂਗੇ ਗੁੜੀ ਕਨਸੈਸ਼ਨ ਮਾੜਾ ਮੋਟਾ ਕਰ ਲਾਂਗੇ ਕਰ ਦਾਂਗੇ। ਨੰਬਰ ਬੋਲ ਦੇ ਤੇਰਾ 95920 99493 95 ਚੈੱਕ ਹੈ ਚੈੱਕ ਕਰਾ ਕੇ ਲੈ ਜੇ 99493 ਚਾਰਾਂ ਮਹੀਨਿਆਂ ਦੀ ਗੱਬਣ ਚੈੱਕ ਪਾਸ ਤੇ ਨਾਲ ਕੱਟੀ ਹਾਂ ਤੇ 400 ਨੂੰ ਦਿਖਾਈਆਂ ਨੇ ਤਾਜ਼ੀਆਂ ਝੋਟੀਆਂ ਪਿੰਡ ਲੇਲ ਖੁਰਦ ਤਹਿਸੀਲ ਲਹਿਰਾ ਗਾਗਾ ਜ਼ਿਲ੍ਹਾ ਸੰਗਰੂਰ। ਇਹਨਾਂ ਚੋਂ ਜਿਹੜੀ ਵੀ ਤੁਹਾਨੂੰ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਡੰਗ ਦੋ ਡੰਗ ਚੋ ਕੇ ਪਾਸ ਕਰਕੇ ਬਾਈ ਤੋਂ ਲੈ ਜਿਓ। ਧੰਨਵਾਦ।